ਜੇਕਰ ਤੁਸੀਂ ਵੀ ਅੱਧੀ ਰਾਤ ਘਰੋਂ ਨਿਕਲਦੇ ਹੋ ਬਾਹਰ ਤਾਂ ਹੋ ਜਾਓ ਸਾਵਧਾਨ। ਦਰਅਸਲ ਸ੍ਰੀ ਮੁਕਤਸਰ ਸਾਹਿਬ ਗਾਂਧੀ ਨਗਰ ਵਿਖੇ ਬੀਤੀ ਦੇਰ ਰਾਤ ਇੱਕ ਪੈਦਲ ਜਾ ਰਹੇ ਨੌਜਵਾਨ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਲਿਆ। ਇਸ ਦੌਰਾਨ ਤਲਵਾਰ ਦੀ ਨੋਕ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਹ ਨੌਜਵਾਨ ਬਾਰ ਬਾਰ ਕਹਿੰਦਾ ਰਿਹਾ ਕਿ ਉਸ ਕੋਲ ਕੁਝ ਨਹੀਂ, ਉਸ ਦਾ ਪਰਸ ਅਤੇ ਹੋਰ ਫਰੋਲਾ ਫਰਾਲੀ ਕਰ ਰਹੇ 2 ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ CCTV ਦੇ ਵਿੱਚ ਕੈਦ ਹੋ ਗਈ। ਉੱਥੇ ਹੀ ਇੱਕ ਹੋਰ ਵੀਡੀਓ ਜੋ ਕਿਸੇ ਵੱਲੋਂ ਛੱਤ ਤੇ ਖੜਕੇ ਬਣਾਈ, ਉਹ ਵੀ ਹੁਣ ਵਾਇਰਲ ਹੋ ਰਹੀ ਹੈ। ਇੱਕ ਵਾਰ ਤੁਸੀਂ ਵੀ ਰੁਖ ਕਰੋ ਇਸ ਵੀਡੀਓ ਦਾ। ਜੇਕਰ ਤੁਸੀਂ ਵੀ ਅੱਧੀ ਰਾਤ ਘਰੋਂ ਨਿਕਲਦੇ ਹੋ ਬਾਹਰ ਤਾਂ ਹੋ ਜਾਓ ਸਾਵਧਾਨ। ਦਰਅਸਲ ਸ੍ਰੀ ਮੁਕਤਸਰ ਸਾਹਿਬ ਗਾਂਧੀ ਨਗਰ ਵਿਖੇ ਬੀਤੀ ਦੇਰ ਰਾਤ ਇੱਕ ਪੈਦਲ ਜਾ ਰਹੇ ਨੌਜਵਾਨ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਲਿਆ। ਇਸ ਦੌਰਾਨ ਤਲਵਾਰ ਦੀ ਨੋਕ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਹ ਨੌਜਵਾਨ ਬਾਰ ਬਾਰ ਕਹਿੰਦਾ ਰਿਹਾ ਕਿ ਉਸ ਕੋਲ ਕੁਝ ਨਹੀਂ, ਉਸ ਦਾ ਪਰਸ ਅਤੇ ਹੋਰ ਫਰੋਲਾ ਫਰਾਲੀ ਕਰ ਰਹੇ 2 ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ CCTV ਦੇ ਵਿੱਚ ਕੈਦ ਹੋ ਗਈ। ਉੱਥੇ ਹੀ ਇੱਕ ਹੋਰ ਵੀਡੀਓ ਜੋ ਕਿਸੇ ਵੱਲੋਂ ਛੱਤ ਤੇ ਖੜਕੇ ਬਣਾਈ, ਉਹ ਵੀ ਹੁਣ ਵਾਇਰਲ ਹੋ ਰਹੀ ਹੈ। ਇੱਕ ਵਾਰ ਤੁਸੀਂ ਵੀ ਰੁਖ ਕਰੋ ਇਸ ਵੀਡੀਓ ਦਾ। ਜੇਕਰ ਤੁਸੀਂ ਵੀ ਅੱਧੀ ਰਾਤ ਘਰੋਂ ਨਿਕਲਦੇ ਹੋ ਬਾਹਰ ਤਾਂ ਹੋ ਜਾਓ ਸਾਵਧਾਨ। ਦਰਅਸਲ ਸ੍ਰੀ ਮੁਕਤਸਰ ਸਾਹਿਬ ਗਾਂਧੀ ਨਗਰ ਵਿਖੇ ਬੀਤੀ ਦੇਰ ਰਾਤ ਇੱਕ ਪੈਦਲ ਜਾ ਰਹੇ ਨੌਜਵਾਨ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਲਿਆ। ਇਸ ਦੌਰਾਨ ਤਲਵਾਰ ਦੀ ਨੋਕ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਹ ਨੌਜਵਾਨ ਬਾਰ ਬਾਰ ਕਹਿੰਦਾ ਰਿਹਾ ਕਿ ਉਸ ਕੋਲ ਕੁਝ ਨਹੀਂ, ਉਸ ਦਾ ਪਰਸ ਅਤੇ ਹੋਰ ਫਰੋਲਾ ਫਰਾਲੀ ਕਰ ਰਹੇ 2 ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ CCTV ਦੇ ਵਿੱਚ ਕੈਦ ਹੋ ਗਈ। ਉੱਥੇ ਹੀ ਇੱਕ ਹੋਰ ਵੀਡੀਓ ਜੋ ਕਿਸੇ ਵੱਲੋਂ ਛੱਤ ਤੇ ਖੜਕੇ ਬਣਾਈ, ਉਹ ਵੀ ਹੁਣ ਵਾਇਰਲ ਹੋ ਰਹੀ ਹੈ। ਇੱਕ ਵਾਰ ਤੁਸੀਂ ਵੀ ਰੁਖ ਕਰੋ ਇਸ ਵੀਡੀਓ ਦਾ। ਜੇਕਰ ਤੁਸੀਂ ਵੀ ਅੱਧੀ ਰਾਤ ਘਰੋਂ ਨਿਕਲਦੇ ਹੋ ਬਾਹਰ ਤਾਂ ਹੋ ਜਾਓ ਸਾਵਧਾਨ। ਦਰਅਸਲ ਸ੍ਰੀ ਮੁਕਤਸਰ ਸਾਹਿਬ ਗਾਂਧੀ ਨਗਰ ਵਿਖੇ ਬੀਤੀ ਦੇਰ ਰਾਤ ਇੱਕ ਪੈਦਲ ਜਾ ਰਹੇ ਨੌਜਵਾਨ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਲਿਆ। ਇਸ ਦੌਰਾਨ ਤਲਵਾਰ ਦੀ ਨੋਕ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਹ ਨੌਜਵਾਨ ਬਾਰ ਬਾਰ ਕਹਿੰਦਾ ਰਿਹਾ ਕਿ ਉਸ ਕੋਲ ਕੁਝ ਨਹੀਂ, ਉਸ ਦਾ ਪਰਸ ਅਤੇ ਹੋਰ ਫਰੋਲਾ ਫਰਾਲੀ ਕਰ ਰਹੇ 2 ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ CCTV ਦੇ ਵਿੱਚ ਕੈਦ ਹੋ ਗਈ। ਉੱਥੇ ਹੀ ਇੱਕ ਹੋਰ ਵੀਡੀਓ ਜੋ ਕਿਸੇ ਵੱਲੋਂ ਛੱਤ ਤੇ ਖੜਕੇ ਬਣਾਈ, ਉਹ ਵੀ ਹੁਣ ਵਾਇਰਲ ਹੋ ਰਹੀ ਹੈ। ਇੱਕ ਵਾਰ ਤੁਸੀਂ ਵੀ ਰੁਖ ਕਰੋ ਇਸ ਵੀਡੀਓ ਦਾ। ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।